ਪੰਜਾਬ ਨੂੰ ਪਤਾ ਹੀ ਨਜ਼ਰ ਲੱਗੀ ਹੈ ਕਿਸੇ ਦੀ ਪੰਜਾਬ ਕਾ ਨੌਜਵਾਨ ਕੈਨੇਡਾ ਜਾ ਰਿਹਾ ਹੈ ਆਪਣੇ ਪਰਿਵਾਰ ਦੀ ਖੁਸ਼ਹਾਲੀ ਲਈ ਪੰਜਾਬ ਦੀ ਤਰੱਕੀ ਦੇ ਲਈ ਲੇਕਿਨ ਕੁਝ ਉੱਥੇ ਹੋਰ ਹੀ ਕੁਝ ਹੋਣ ਜਾ ਰਹੇ ਹੈ ਇਸੇ ਹਫਤੇ ਦੇ ਦੌਰਾਨ ਸਮਾਣਾ ਉਪਮੰਡਲ ਦੇ ਕਈ ਪਿੰਡਾਂ ਦੇ ਵਿੱਚ ਜਿਹੜੇ ਨੌਜਵਾਨ ਕੈਨੇਡਾ ਜਾਂ ਅਮਰੀਕਾ ਗਏ ਸੀ ਉਹ ਉੱਥੇ ਇਸੇ ਕ因ਨਾ ਕਰਕੇ ਉਹਨਾਂ ਦੀ ਮੌਤ ਹੋਈ ਹੈ ਏਕ ਨਇਆ ਮਾਮਲਾ ਹੋਰ ਸਾਹਮਣੇ ਆ ਗਿਆ ਹੈ ਸਮਾਣਾ ਦੇ ਪਿੰਡ ਖੇੜਕੇ ਦੇ ਵਿੱਚ ਗੁਰਵਿੰਦਰ ਸਿੰਘ ਮਾਵਾਪ ਨੇ ਆਪਣੀ ਜ਼ਮੀਨਾਂ ਵੇਚੀਆਂ ਕਰਜ਼ਾ ਲਈਆ ਆੜਤਿਆਂ ਤੋਂ ਆਪਣੇ ਪਰਿਵਾਰ ਦੇ ਲਈ ਬੱਚੇ ਦੀ ਖੁਸ਼ਾਲੇ ਲਈ ਵੀ ਵਿਦੇਸ਼ ਜਾ ਕੇ ਆਪਣੇ ਘਰ ਦਾ ਕੁਝ ਆਰਥਿਕ ਸੁਧਾਰ ਕਰ ਸਕੇ ਆਪਣੀ ਉਸकी ਭੈਣ ਵੀ ਉੱਥੇ ਕੈਨੇਡਾ ਗਈ ਸੀ ਪੜਾਈ ਕਰਨ ਦੇ ਲਈ ਲੇਕਿਨ ਹੁਣ ਗੁਰਵਿੰਦਰ ਸਿੰਘ ਗਿਆ ਵੀ ਸਵਾ ਸਾਲ ਹੋਏ ਉਸ ਨੂੰ ਪਤਾ ਨਹੀਂ ਪੜਾਈ ਦੇ ਨਾਲ-ਨਾਲ ਪੈਟਰੋਲ ਪੰਪ ਤੇ ਤੇਲ ਪਾਉਣ ਦੇ ਬਾਦ ਸਿਸਟਮ ਗਿਆ ਤੇ ਅਚਾਨਕ ਉਸ ਨੂੰ ਇੱਕਦਮ ਕਿਸ ਤਰ੍ਹਾਂ ਕੀ ਘਟਨਾ ਹੋਈ ਹੈ ਉਸकी मौत हुई है परिवार ने गलबत कर दे कि कारण जनरल सिंह जी हां दयाल सिंह जी बेटे का नाम की गुरविंदर सिंह जी गुरविंदर ਨੂੰ ਤੁਸੀਂ ਭੇਜਿਆ ਕੈਨੇਡਾ ਕੀ ਸੋਚ ਕੇ ਭੇਜਿਆ ਸੀ ਪੜ੍ਹ ਲਿਖ ਕੇ ਕੋਈ ਵਧੀਆ ਕੰਮਕਾਰ ਆਪਦਾ ਆਪਦੇ ਪੈਰਾਂ ਤੇ ਖੜਾ ਹੋ ਜੇ ਇਸ ਵਾਸਤੇ ਭੇਜਿਆ ਸੀ ਤੁਹਾਨੂੰ ਕਹਿੰਦਾ ਹੋਣਾ ਕੁਝ ਸਾਨੂੰ ਕਹਿੰਦਾ ਸੀ ਵੀ ਮੈਂ ਡੈਡੀ ਇੱਥੇ ਆ ਕੇ ਕੋਈ ਵਧੀਆ ਰੋਜ਼ਗਾਰ ਤੋੜਾਂਗਾ ਜਾਂ ਕੋਈ ਪੰਪ ਜਾਂ ਕੁਝ ਹੋਰ ਐਵੇਂ ਦਾ ਕੰਮ ਕਰਾਂਗਾ ਹਾਂਜੀ ਬਹੁਤ ਆਸਾਂ ਸੀ ਉਹਦੇ ਮਨ 'ਚ ਕਿਨ ਹਾਲਾਤਾਂ ਤੁਸੀਂ ਪਿੱਛੇ ਜ਼ਮੀਨ ਥੋੜੀ ਜੀ ਹੈ ਤੁਹਾਡੇ ਕੋਲ ਕਿਸ ਤਰ੍ਹਾਂ ਮੰਤੇ ਪੱਥਰ ਆੜਤੀ ਤੋਂ ਕਰਜ਼ਾ ਚੱਕ ਕੇ ਜੀ 20-25 ਲੱਖ ਰੁਪਈਆ ਫੇਰ ਭੇਜਿਆ ਸੀਗਾ ਜੀ ਜ਼ਮੀਨ ਤਾਂ ਥੋੜੀ ਜੀ ਸਾਡੇ ਲਵੇ ਤੇ ਹੁਣ ਕੀ ਘਟਨਾ ਵਾਪਰੀ ਜਿਹੜੀ ਉਹ ਘਟਨਾ ਹੋਈ ਹੈ ਹੁਣ ਕਰੋ ਠੀਕ ਠਾਕ ਆਇਆ ਜੀ ਉਹ ਪੰਪ ਤੇ ਤੇਲ ਪਵਾਉਣ ਲੱਗਿਆ ਜੀ ਤੇਲ ਪਾ ਕੇ ਗੱਡੀ 'ਚ ਬੈਠੇ ਤੇ ਉਲਟੀ ਆਈ ਹੈ ਇਹਨੂੰ ਇੱਕਦਾਂ ਮੀ ਅਟੈਕ ਦਾ ਕੋਈ ਦੱਸ ਦੇ ਨੇ ਵੀ ਅਟੈਕ ਹੋਇਆ ਇਹਨੂੰ ਕੋਈ ਤੇ ਪੂਰਾ ਹੋ ਗਿਆ ਜੀ ਹੁਣ ਸਰਕਾਰ ਨੂੰ ਤੁਸੀਂ ਕੀ ਅਪੀਲ ਕਰਦੇ ਬੋਡੀ ਜਲਦੀ ਇੱਥੇ ਆਵੇ ਅਸੀਂ ਇਹ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਵੀ ਸਾਡੇ ਬੱਚੇ ਦੀ ਬੋਡੀ ਜਲਦੀ ਤੋਂ ਜਲਦੀ ਇੱਧਰ ਲਿਆਂਦੀ ਜਾਵੇ ਪੰਜਾਬ ਅਸੀਂ ਉਹਦਾ ਜਿਹੜਾ ਪੂਰਾ ਰਸਮ ਰਵਾਜ ਨਾਲ ਉਹਨੂੰ ਉਹ ਦੇਖ ਸਕੀਏ ਜੀ ਸੰਸਕਾਰ ਕਰ ਸਕੀਏ ਜਿਹੜੇ 10 ਲੱਖ ਰੁਪਏ ਤੁਸੀਂ ਕਹਿੰਦੇ ਉਸकी ਫੀਸ ਨੇ ਮੋੜੀ ਉਹ ਕੌਣ ਬੰਦਾ ਸੀ ਉਹ ਵੀ ਉਹਨੂੰ ਟੈਨਸ਼ਨ ਰਹਿੰਦੀ ਲੁਧਿਆਣੇ ਦਾ ਜੀ ਕਿ ਰਾਜ ਏਜੰਟ ਜਿਹੜ ਨੇ ਸਤ ਨੂੰ ਪੈਸੇ ਲੈ ਕੇ ਉਹਨੇ ਫੀਸ ਭਰਾ ਕੇ ਭੇਜਿਆ ਸੀ ਉਹ ਦੁਵਾਲ ਚ ਉਹ ਕਾਲਜ ਚ ਉਹ ਪੜਿਆ ਨਹੀਂ ਹੈਗਾ ਜੀ ਇੱਕ ਦਿਨ ਵੀ ਉਹਨੇ ਉਹਦੀ ਐਪਲੀਕੇਸ਼ਨ ਪਾਤੀ ਸੀ ਵੀ ਮੇਰੀ ਫੀਸ ਵਾਪਸ ਹੋ ਜੇ ਤੇ ਉਹਦੀ ਫੀਸ ਵਾਪਸ ਨਹੀਂ ਕਰਵਾਈ ਜੀ ਉਹ ਵੀ ਇਹਨੂੰ ਟੈਨਸ਼ਨ ਰਹਿੰਦੀ ਉਹਨੇ ਕਾਲਜ ਕਰਨ ਚੇਂਜ ਕੀ ਉੱਥੇ ਕੋਈ ਕਮੀ ਸੀ ਜਿਹੜਾ ਉਹਨਾਂ ਕਾਲਜ ਕਿਹੜਾ ਹੈ ਏਜੰਟ ਨੇ ਦੱਸਿਆ ਇਸ ਏਜੰਟ ਨੇ ਕਾਲਜ ਦਵਾਇਆ ਸੀ ਉਹਦੇ ਵਿੱਚ ਕੋਈ ਪੀਆਰ ਨਹੀਂ ਸੀਗੀ ਬੱਚੇ ਨੂੰ ਉਹ ਫਿਰ ਚੇਂਜ ਕਰਨਾ ਪੈਂਦਾ ਸੀ ਉਹਨੇ ਤਾਂ ਕਰਕੇ ਪਹਿਲਾਂ ਹੀ ਚੇਂਜ ਕਰ ਲਿਆ ਜੀ ਵੀ ਮੇਰੀ ਫੀਸ ਵਾਪਸ ਹੋ ਜੂਗੀ ਉਹਦੀ ਮਾਤਾ ਜੀ ਆਪਾਂ ਜੀ ਕਿਨਾਂ ਤੁਹਾਡਾ ਸਰ ਜੀ ਤੇ ਹਾਂ ਸਰ ਜੀ ਜੀ ਕਾਕਾ ਕੀ ਕਹਿੰਦਾ ਸੀ ਰੋਜ਼-ਰੋਜ਼ ਗੱਲ ਵੀ ਕਰਦਾ ਹੁਣ ਗੱਲਬਾਤ ਕਰਦਾ ਤੇ ਬਹੁਤ ਖੁਸ਼ ਰਹਿੰਦਾ ਸੀ ਕਹਿੰਦਾ ਸੀ ਵੀ ਮੈਂ ਆਪੇ ਟੈਂਸ਼ਨ ਨਾ ਕਰੂ ਪੈਸੇ ਦੀ ਮੈਂ ਆਪੇ ਤਾਰੂੰਗਾ ਬੁੜੀ ਵੀ ਦੁਰੋਥੇ ਰਹਿੰਦੀ ਐ ਹਾਂ ਜੀ ਐਲੋ ਉਸਤੇ ਪੈਸਾ ਖਰਚ ਕਰਿਆ ਹੁਣ ਹਾਂ ਜੀ ਉਸਤੇ ਕਰਿਆ ਸੀ ਮੈਂ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਐ ਬੱਚੇ ਨੂੰ ਪਾਲਦਾ ਉਸ ਦਾ ਪਾਲਣ ਪੋਸਣ ਕਰਨੇ ਬਾਅਦ ਕੁਝ ਆਸਾਂ ਹੁੰਦੀਆਂ ਮਾਪੇ-ਵਾਪ ਨੂੰ ਅੱਜ ਉਸੇ ਦਾਦਾ ਜੀ ਬੈਠੇ ਗੁਰਵਿੰਦਰ ਜੀ ਹਾਂ ਤੁਹਾਡਾ ਕੀ ਨਾਮ ਹੈ ਸਰਜੀਤ ਸਿੰਘ ਆ ਜੀ ਹਾਂ ਸੁਜੀਤ ਸਿੰਘ ਜੀ ਤੁਹਾਡਾ ਪੋਤਰਾ ਗਿਆ ਹਾਂ ਜੀ ਤੁਹਾਨੂੰ ਕਹਿੰਦਾ ਹੁਣ ਸਾਰੀ ਗੱਲਾਂ ਗਲਬੀ ਕਰਦਾ ਹੋਗਾ ਤੁਹਾਡੇ ਨਾਲ ਸਾਰਾ ਕਹਿੰਦਾ ਸੀ ਖੁਸਾਰ ਰਹਿੰਦਾ ਸੀ ਜੀ ਚੰਗਾ ਭਲਾ ਕੋਈ ਟੈਨਸ਼ਨ ਨਹੀਂ ਇੱਕ ਦਿਨ ਪਹਿਲਾਂ ਪੂਰੀਆਂ ਗੱਲਾਂ ਸਾਰੇ ਪਰਿਵਾਰ ਨਾਲ ਕੀਤੀਆਂ ਨੇ ਕੀ ਗੱਲ ਕਹਿੰਦਾ ਤੁਸੀਂ ਚਿੰਤਾ ਨਾ ਕਰੋ ਮੈਂ ਸਾਰੇ ਪੈਸੇ ਤਾਰੂੰਗਾ ਕਮਾਈ ਪੂਰੀ ਦੋ ਚਾਰ ਘੰਟੀਆਂ ਫੀਸ ਮੁਕਰਨ ਕਰਕੇ ਨਾ ਜੈਂਟ ਦੀ ਦੋ ਚਾਰ ਘੰਟੀਆਂ ਰਾਮ ਕਰਦਾ ਸੀ ਬੱਸ ਜੋ ਤੇ ਕੰਮ ਤੇ ਚੱਲਿਆ ਜਾਂਦਾ ਸੀ ਉਹਦੇ ਕਰਕੇ ਥੋੜੀ ਜਿਹੀ ਟੈਨਸ਼ਨ ਰਹਿੰਦੀ ਤੇ ਉਹ ਜਾਣੀ ਉਹ ਹੌਸਲੇ ਜੀਤੀ ਕਿ ਕੰਮ ਮੈਂ ਬਹੁ ਕਰਦਾ ਤੁਹਾਨੂੰ ਚੱਕਰ ਨਹੀਂ ਮੈਂ ਆਪੇ ਤੁਹਾਨੂੰ ਖੁਸ਼ੀ ਕਰ ਦੂੰਗਾ ਔਰ ਇਹਦੀ ਹੁਣ ਜਿਹੜਾ ਉਹਦਾ ਪਿਤਾ ਜੀ ਆ ਉਹ ਲੱਤ ਤੋਂ ਆਜੇ ਨੇ ਕੋਈ ਹੁਣ 1.5 ਕਿੱਲਾ ਜ਼ਮੀਨ ਆ ਉਹਦੇ ਕੋਲੇ ਹੁਣ ਦੱਸੋ ਕਿ ਆਰਤੀ ਦਾ ਸਾਰਾ ਪੈਸਾ ਚੱਕਿਆ ਦੀ ਕੋਈ ਲਿਮਟ ਕਰਾਈ ਬੈਂਕ ਤੋਂ ਲਏ ਕਰਜ਼ਾ ਕਿੰਨਾ ਕਰਜ਼ਾ ਕਿੰਨਾ ਪੈਸਾ ਲੈ ਰੱਖਿਆ ਹੁਣ ਕਰਜ਼ਾ ਲੈ ਕੇ ਭੇਜੇ ਬੱਚੇ 15-20 ਲੱਖ ਤਾਂ 20 ਕ ਲੱਖ ਦਾ ਅਰਤੀ ਤੋਂ ਲੈ ਵਾ ਕਿ ਲਿਮਟ ਕਰਾਈ ਦੇ ਬੈਂਕਾਂ ਦੇ ਵੀ ਨਾ ਪੈਸੇ ਜਦੋਂ ਤਿੰਨ ਬੈਂਕਾਂ ਤੋਂ ਫਿਰ ਆ ਕਰਾ ਲਿਆਤੀ ਲੋਨ ਲੈਣਾ ਕਪਾਇਨਤੀ ਇਹਦੇ ਕੋਈ ਉਹਦੇ ਉੱਤੇ ਕਰਾ ਲਿਆ ਕੋਈ ਜਮੀਨ ਤੇ ਕਰਾ ਲਿਆ ਐ ਕਰਨਾ ਹੀ ਬੰਦਾ ਜੀ ਫਿਰ ਸਾਰਾ ਫਿਰ ਢੰਪੰਨ ਓਰੇ ਹੁਣ ਕੰਮ ਨਹੀਂ ਮਿਲਦਾ ਇੰਨੀ ਪੜ ਕੇ ਕੀ ਕਰੀਏ ਹੁਣ ਦੂਏ ਉਹ ਮੁੰਡੇ ਦਾ ਕਾਕਾ ਵੀ ਇਹ ਪੜਿਆ ਫਿਰਦਾ ਉਹਨੂੰ ਕੁਛ ਨਹੀਂ ਮਿਲਦਾ ਉਹ ਵੀ ਭੱਜਣ ਨੂੰ ਫਿਰਦਾ ਵਾ ਦੱਸੋ ਕੀ ਕਰੀਏ ਸਰਕਾਰ ਤੋਂ ਗੰਦੇ ਸੀ ਰੋਜ਼ਗਾਰ ਦੇ ਰਿਹਾ ਕੋਈ ਸੁਣਦੀ ਨਹੀਂ ਸਰਕਾਰ ਤੋਂ ਕਹਿੰਦੇ ਸੀ ਨੌਕਰੀਆਂ ਦੇ ਰਹੇ ਆ ਕਾਨੂੰਨ ਦਿੰਦੇ ਨੇ ਜੀ ਗੱਲਾਂ ਹੀ ਗੱਲਾਂ ਨੇ ਸਾਰੀਆਂ ਹੁਣ ਆ ਦੇਖ ਲੋ ਜਿਹੜੇ ਆ ਕਹਿੰਦੇ ਵੀ ਗੰਜੀਰੀ ਡੁੱਬ ਗਈ ਉਹਦਾ ਕਿ ਦਿੱਤਾ ਕਿ ਸਾਨੂੰ ਪੰਜੀ ਕੋਈ ਕੁਛ ਨਹੀਂ ਦਿੱਤੀ ਥੋੜੀ ਫਸਲਾਂ ਮਰੀ ਇੱਥੇ ਹਾਂ ਫਸਲਾਂ ਦਾ ਹੁਣ ਬਿਮਾਰੀ ਲੱਗ ਰਹੀ ਹੈ ਮਰੀਆਂ ਫਸਲਾਂ 'ਚ ਹੈ ਵੀ ਕੁਝ ਨਹੀਂ ਅੱਜਕੱਲ ਆਸ ਨਹੀਂ ਜੀ ਰਹੀ ਉਹ ਮਟਾਈ ਠੇਕੇ ਤੇ ਲੈ ਕੇ ਕਰਦੇ ਆ ਇਹਦੇ ਕਰਕੇ ਤਾਂ ਹੀ ਆੜਤੀ ਇਹਨੇ ਵੇਸੇ ਦਿੱਤੇ ਨੇ ਉਹ ਕੌਣ ਦਿੰਦਾ ਜੀ ਠੀਕ ਹੂੰ ਠੇਕੇ ਠੂਕੇ ਤੇ ਲੈ 60 65000 ਠੇਕ ਆ ਚਲੋ ਕਰਨੀ ਪੈਂਦਾ ਢਾਵਨ ਹਿਰਦਾਰ ਤੁਹਾਨੂੰ ਪਤਾਈਏ ਜੀ ਫਿਰ ਇਹਦੇ ਕਰਕੇ ਹੁਣ ਬੈਠੇ ਤਾਂ ਜਾਂਦਾ ਨਹੀਂ ਗੁਰਵਿੰਦਰ ਸਿੰਘ ਦੇ ਦਾਦਾ ਜੀ ਅਤੇ ਉਸਕੇ ਪਿਤਾ ਜੀ ਨੇ ਜੇ ਦੱਸਿਆ ਹੈ ਵੀ ਗੁਰਵਿੰਦਰ ਸਿੰਘ ਆਪਣੇ ਪਰਿਵਾਰ ਦੇ ਲਈ ਕਿਸ ਤਰ੍ਹਾਂ ਦੀ ਸੋਚ ਰੱਖਦਾ ਸੀ ਔਰ ਉਸ ਨੂੰ ਕਿਸ ਤਰ੍ਹਾਂ ਇੱਕ ਖੁਸ਼ਹਾਲ ਪਰਿਵਾਰ ਬਣਾਉਣਾ ਚਾਹੁੰਦਾ ਸੀ ਆਪਣੇ ਘਰ ਨੂੰ ਲੇਕਿਨ ਉਸ ਪਰਮਾਤਮਾ ਨੂੰ ਕੀ ਮਨਜ਼ੂਰ ਹੈ ਇਹ ਤੋਂ ਅਸੀਂ ਨਹੀਂ ਕਹਿ ਸਕਦੇ ਲੇਕਿਨ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਜਿਹੜਾ ਪੰਜਾਬ ਦਾ ਨੌਜਵਾਨ ਹੈ ਵਿਦੇਸ਼ਾਂ ਵੱਲ ਮੂੰਹ ਕਰ ਰਿਹਾ ਹੈ ਉਸ ਨੂੰ ਰੋਕਣ ਦੇ ਲਈ ਇੱਥੇ ਹੀ ਉਸਕੇ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਾਏ ਜਾਣ ਤਾਂ ਕਿ ਇਸ ਤਰ੍ਹਾਂ ਦੀ ਘਟਨਾ ਕਿਸੇ ਦਾ ਪੁੱਤ ਇਸ ਤਰ੍ਹਾਂ ਵਿਦੇਸ਼ਾਂ ਜਾ ਕੇ ਉਸकी ਜ਼ਿੰਦਗੀ ਨਾ ਖਤਮ ਹੋਵੇ ਇਸ ਪਰਿਵਾਰ ਤੇ ਕੀ ਗੁਜ਼ਰ ਰਹੀ ਹੈ ਪਰਿਵਾਰ ਮੰਗ ਕਰ ਰਿਹਾ ਹੈ ਸਰਕਾਰ ਤੋਂ ਜਲਦੀ ਤੋਂ ਜਲਦੀ ਪਾਰ ਸਰਕਾਰ ਕੈਨੇਡਾ ਨਾਲ ਮਿਲ ਕੇ ਉਸ ਦੀ ਜਿਹੜੀ ਡੈਡ ਬੋਡੀ ਹੈ ਜਲਦੀ ਮੰਗਵਾਵੇ ਕਿਉਂਕਿ ਇੰਨਾ ਪੈਸਾ ਪਹਿਲੇ ਹੀ ਬਹੁਤ ਜ਼ਿਆਦਾ ਪੈਸੇ ਲੱਗੇ ਹਨ ਬੋਡੀ ਲਿਆਉਣ ਵਾਸਤੇ ਇਹਨਾਂ ਕੋਲ ਪੈਸੇ ਵੀ ਨਹੀਂ ਹੈ ਵੀ ਇਹਨੇ ਪੈਸੇ ਉੱਥੇ ਦੇ ਸਕਣ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸ਼ਿਕ ਪੀਡੀਸੀ ਨਿਊਜ਼ ਸਮਾਣਾ